ਸਤਿ ਸ੍ਰੀ ਅਕਾਲ ਜੀ। ਮੇਰੇ ਵੱਲੋਂ ਸਾਰਿਆਂ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਆਸ ਆ ਵੀ ਤੁਸੀਂ ਸਾਰੇ ਠੀਕ ਠਾਕ ਹੋਗੇ, ਮਾਲਕ ਦੀ ਕਿਰਪਾ ਨਾਲ ਸਾਰੇ ਪਰਿਵਾਰ ਸਾਰੇ ਘਰ ਠੀਕ ਠਾਕ ਆ। ਮਹਾਰਾਜ ਕਿਰਪਾ ਕਰੇ, ਚੜ੍ਹਦੀ ਕਲਾ ਰੱਖੇ। ਲਓ ਵੀ ਫਿਰ ਆਪਣਾ ਸਵੇਰ ਸਟਾਰਟ ਹੋ ਗਈ। ਹੁਣ ਸਵੇਰ ਤੋਂ ਆਪਣਾ ਬਿਜ਼ਨਸ ਸਟਾਰਟ, ਜਿਹੜਾ ਆਪਾਂ ਡੇਲੀ ਰੂਟੀਨ ਦੇ ਵਿੱਚ ਕਰਦੇ ਹਾਂ। ਆਪਣਾ ਡੇਅਰੀ ਦਾ ਕੰਮ ਆ, ਦੁੱਧ ਦਾ ਕੰਮ ਆ, ਜਿਹੜਾ ਕਿ ਆਪਣਾ ਸਾਈਡ ਬਿਜ਼ਨਸ ਨਾਲ ਚੱਲਦਾ ਰਹਿੰਦਾ। ਸਾਰੀ ਦਿਨ ਸਵੇਰੇ ਸ਼ਾਮ ਦੋ ਟਾਈਮ ਕੰਮ ਕਰੀਦਾ ਵਾ। ਆ ਆਪਣਾ ਬ੍ਰਦਰ, ਇਹ ਵੀ ਨਾਲ ਇੱਥੇ ਕੰਮ 'ਤੇ ਹੁੰਦਾ, ਕਿਉਂਕਿ ਵੈਸੇ 10th ਦੇ ਵਿੱਚ ਆ, ਪੇਪਰ ਚੱਲਣ ਡਿਆ, ਛੁੱਟੀਆਂ ਹੋਈਆਂ ਉਹਨੂੰ ਵਿੱਚ, ਛੁੱਟੀਆਂ ਦਾ ਕਰਕੇ ਥੋੜ੍ਹਾ ਜਿਹਾ ਨਾਲ ਹੱਥ ਵਟਾ ਦਿੰਦਾ ਆਪਣੇ। ਆਹ ਤੁਸੀਂ ਵੇਖੋ ਆਪਣਾ ਡੇਅਰੀ ਫਾਰਮਿੰਗ, ਆਹ ਕੈਂਡੀ ਲੱਗੀ ਹੋਈ ਆ ਪੈਕੋ, ਮਾਲਕ ਦੀ ਕਿਰਪਾ ਨਾਲ ਇਹਦੇ ਵਿੱਚ ਸਾਰਾ ਦੁੱਧ ਠੰਡਾ ਠੁੰਡਾ ਕੰਮ ਹੈ, ਟਚਾ ਟੱਚ ਵਧੀਆ ਰਹਿੰਦਾ ਵਾ, ਦੁੱਧ ਨੂੰ ਬਚਾਇਆ ਜਾਂਦਾ, ਬੋਰਡ ਬਿਜਲੀ ਦਾ ਸਾਰਾ ਸਿਸਟਮ ਹੈ, ਸਹੀ ਤਰੀਕੇ ਦੇ ਨਾਲ ਕਰਕੇ ਰੱਖਦੀ ਹੈ ਕੰਪਨੀ। ਆਹ ਦੁੱਧ ਦੀਆਂ ਮਸ਼ੀਨਾਂ, ਦੁੱਧ ਦਾ ਕੰਮ ਸਾਰਾ ਇਹਦੇ ਵਿੱਚ, ਫੈਟ ਵਗੈਰਾ ਸਾਰਾ ਕੁਛ ਵਧੀਆ ਤਰੀਕੇ ਦੇ ਨਾਲ ਕੰਮ ਹੁੰਦਾ ਹੈ। ਟੈਕਨੋਲੋਜੀ, ਨਵੀਂ ਟੈਕਨੋਲੋਜੀ ਆ ਗਈ ਆ, ਪਹਿਲਾਂ ਕੰਮ ਹੁੰਦੇ ਸੀ। ਆਹ ਆਪਣੇ ਕਸਟਮਰ ਦੂਜਾ ਆਏ ਆ, ਬਿੱਲ ਆ ਗਿਆ ਆਪਾਂ ਨੂੰ ਡੇਅਰੀ ਦਾ ਨਾਲ, ਅਤੇ ਉਹਦੀ ਫੜਾ ਕੇ ਗਿਆ ਸੀ ਬਿਜਲੀ ਵਾਲਾ ਮੁੰਡਾ, ਅਤੇ ਉਹ ਆਪਾਂ ਨੂੰ ਫੜਾਉਣ ਡਿਆ ਚਾਚਾ ਜੀ ਆਪਣੇ। ਬਾਕੀ ਇਸ ਤਰ੍ਹਾਂ ਹੀ ਹੱਸਦੇ ਖੇਡਦੇ ਰਹੀਦਾ, ਨਾਲ ਕੰਮ ਚੱਲੀ ਜਾਂਦੇ ਆ ਜੀ, ਅਤੇ ਮੁੰਡੇ ਆਪਣੇ ਨਾਲ ਕੰਮ ਕਰਦੇ ਰਹਿੰਦੇ ਆ, ਗਾਹਕ ਆਉਣ ਡਏ, ਬਸ ਇਸ ਤਰ੍ਹਾਂ ਤੁਰੇ ਆਉਂਦੇ ਵਾਰੀ ਵਾਰੀ। ਤੁਹਾਨੂੰ ਚਾਹ ਦੀ ਸੁਲਾ ਮਾਰਨ ਡਿਆ ਚਾਚਾ ਜੀ, ਜੇ ਕਿਸੇ ਵੀਰ ਭਰਾ ਨੇ ਚਾਹ ਪੀਣੀ ਹੋਵੇ ਤਾਂ ਆ ਸਕਦਾ, ਗੁੜ ਵਾਲੀ ਚਾਹ ਪੀਂਦੇ ਆ। ਅਤੇ ਕਸਟਮਰ ਵੀ ਆਪਣੇ ਮਾਲਕ ਦੀ ਕਿਰਪਾ ਨਾਲ ਆਵੇ, ਛੋਟਾ ਜਵਾਕ ਵੀ ਦੁੱਧ ਪਾਉਣ ਕਦੇ ਕਦੇ ਆ ਜਾਂਦੇ ਆ, ਵੈਸੇ ਤਾਂ ਇਹਨਾਂ ਦੇ ਘਰ ਦੇ ਹੀ ਆਉਂਦੇ ਆ, ਚਲੋ ਬਾਕੀ ਕਿਤੇ ਅੱਜ ਗਏ ਹੋਣਗੇ, ਹੋ ਸਕਦਾ ਅੱਜ ਇਹਨਾਂ ਦਾ ਨੰਬਰ ਲੱਗ ਗਿਆ, ਦੁੱਧ ਪਾਉਣ ਆਏ ਆ, ਹੁਣ ਆਪਾਂ ਇਹਨਾਂ ਦਾ ਦੁੱਧ ਪਾਉਂਦੇ ਹਾਂ ਜੀ, ਆ ਜਾਓ ਫਿਰ। ਆਹ ਮੁੰਡਾ ਦੁੱਧ ਪਾਉਣ ਡਿਆ ਹੁਣ ਆਪਣਾ, ਇਹ ਵੀ ਦੁੱਧ ਕੈਨ ਦੇ ਵਿੱਚ ਪਾ ਕੇ ਥੋੜ੍ਹਾ ਜਿਹਾ ਦੁੱਧ ਹਿੱਲ ਜਾਂਦਾ ਵਾ, ਵਧੀਆ ਤਰੀਕੇ ਨਾਲ ਸਿੰਪਲ ਕੱਢ ਲਈਦਾ ਵਾ, ਫੈਟ ਫੂਟ ਵਧੀਆ ਨਿਕਲ ਜਾਂਦੀ ਆ, ਅਤੇ ਜਿਹੜਾ ਕਿ ਕੋਈ ਦੁੱਧ ਫੈਟ ਫੂਟ ਥੱਲੇ ਨਹੀਂ ਰਹਿ ਜਾਂਦੀ। ਅਤੇ ਪੂਰਾ ਕੰਮ ਆਪਾਂ ਤਸੱਲੀ ਨਾਲ ਕਰੀਦਾ ਕਿ ਅਗਲਾ ਗਾਹਕ ਖੁਸ਼ ਹੋਵੇ, ਨਾਲੇ ਦੋਵਾਂ ਡੋਲਣੀਆਂ ਦੇ ਵਿੱਚ ਦੁੱਧ ਆ, ਫਿਰ ਇੱਕ ਦੇ ਵਿੱਚੋਂ ਸਿੰਪਲ ਲੈ ਲਈਏ, ਇੱਕ 'ਚੋਂ ਘੱਟ ਹੋ ਜਾਵੇ, ਕਿਸੇ 'ਚ ਮੱਝ ਦਾ ਜ਼ਿਆਦਾ ਹੋਵੇ, ਗਾਂ ਦਾ ਜ਼ਿਆਦਾ ਹੋਵੇ, ਫਿਰ ਗੱਲ ਨਹੀਂ ਬਣਦੀ। ਅਤੇ ਦੁੱਧ ਇਕੱਠਾ ਕਰਕੇ ਬਰਾਬਰ ਦਾ ਕਰਕੇ ਫਿਰ ਆਪਾਂ ਸਿੰਪਲ ਕੱਢਾਂਗੇ। ਹੁਣ ਵੀਰ ਨੇ ਸਾਰਾ ਦੁੱਧ ਆਪਦਾ ਡੋਣੇ ਦੇ ਵਿੱਚ ਪਾ ਦੇਣਾ ਵਾ ਕੈਨ ਦੇ ਵਿੱਚ, ਇੱਥੋਂ ਆਪਾਂ ਕਰਕੇ ਸਿੰਪਲ ਲੈ ਕੇ, ਅਤੇ 14 ਕਿਲੋ ਅਤੇ 400 ਗ੍ਰਾਮ ਦੁੱਧ ਹੋ ਗਿਆ ਵਾ ਵੀਰ ਦਾ। ਹੁਣ ਆਪਾਂ ਲਾ ਕੇ ਪੂਰਾ ਦੁੱਧ ਕਰਾਇਆ, ਨਿਚੋੜ ਕੱਢ ਦੇਣਾ ਇਹਦਾ ਕਿ ਕੀ ਇਹਨੇ ਲਿਆਂਦਾ ਚੋਗ ਅਤੇ ਕੀ ਨਹੀਂ। ਸਿੰਪਲ ਆਪਾਂ ਭਰ ਲਿਆ ਕੁੱਪੀ ਦੇ ਵਿੱਚ, ਅਤੇ ਆਪਾਂ ਮਸ਼ੀਨ ਦੇ ਵਿੱਚ ਲਾ ਦੇਣਾ। ਪਹਿਲਾਂ ਇਸ ਮਸ਼ੀਨ ਦੇ ਵਿੱਚ ਲਾਈਏ, ਅਲਟਰਾਸਾਊਂਡ ਕਰਦੀ ਆ। ਆਹ ਮਸ਼ੀਨ ਦੇ ਨਾਲ ਅਲਟਰਾਸਾਊਂਡ ਹੋ ਗਏ, ਇਹ ਸਿੰਪਲ ਦੂਜੇ ਬੰਨੇ ਲਾ ਦੇਣਾ, ਉਹਨੇ ਫੈਂਟ ਕੱਢ ਕੇ ਬਸ ਗਾਹਕ ਦੇ ਅੱਗੇ ਰੱਖ ਦੇਣੀ ਆ, ਸਾਰਾ ਸ਼ੀਸ਼ਾ ਸਾਹਮਣੇ, ਕੋਈ ਹੇਰਾ ਫੇਰੀ ਨਹੀਂ, ਕੋਈ ਕੁਛ ਨਹੀਂ, ਵਧੀਆ ਤਰੀਕੇ ਨਾਲ। ਆਹ ਵੇਖੋ ਜੀ, ਗਾਹਕ ਸਲਾਹ ਕਰਨ ਡਿਆ ਆ, ਦੁੱਧ ਦਾ ਹਿਸਾਬ ਕਿਤਾਬ ਹੈ ਜਿਹੜਾ ਡੈਡੀ ਦੇ ਨਾਲ ਹੋ ਰਿਹਾ ਵਾ। ਅਤੇ ਇੱਥੋਂ ਤੁਹਾਨੂੰ ਬਾਹਰ ਆਪਾਂ ਡੇਅਰੀ ਦਾ ਦ੍ਰਿਸ਼ ਵਿਖਾ ਕੇ ਇਸ ਤਰ੍ਹਾਂ ਲੱਗ ਗਏ, ਫਿਰ ਗੁਰਦੁਆਰਾ ਸਾਹਿਬ ਆ, ਧੰਨ ਧੰਨ ਬਾਬਾ ਵੀਰ ਸਿੰਘ ਜੀ, ਉਹਨਾਂ ਦੇ ਦਰਸ਼ਨ ਕਰਾਉਂਦੇ ਤੁਹਾਨੂੰ ਦੂਰੋਂ ਹੀ। ਕੋਈ ਨਹੀਂ, ਕਿਸੇ ਦਿਨ ਅੰਦਰ ਵੀ ਜਾ ਕੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ। ਬਾਕੀ ਇਹ ਤਾਂ ਪਿੰਡ ਦੀ ਜਿਹੜੀ ਲਾਈਫ ਆ, ਤੁਹਾਡੇ ਸਾਹਮਣੇ ਇਸ ਤਰ੍ਹਾਂ ਹੀ ਆਪਣੀ ਡੇਲੀ ਰੂਟੀਨ ਚੱਲਦੀ ਰਹਿੰਦੀ ਆ ਜੀ। ਤੇਰੀ ਵੀਡੀਓ ਸਿੱਧੀ ਜਾਣੀ ਵਾ ਨੈਸਲੇ 'ਚ, ਮੁੰਡਾ ਭਲਵਾਨ ਆਖਾਂ, ਸਾਨੂੰ ਭਲਵਾਨ ਦੁੱਧ ਪਾਉਣਾ ਆ। ਮਸ਼ੀਨ ਦਾ ਪ੍ਰੋਸੈਸਿੰਗ ਟਾਈਮ ਹੁੰਦਾ 30-35 ਸੈਕਿੰਡ, ਅਤੇ ਆਹ ਫੈਟ ਜੇ ਵੇਖੋ ਸਾਹਮਣੇ, ਇਸ ਤਰ੍ਹਾਂ ਫੈਟ ਗ੍ਰੈਵਿਟੀ ਸਨੈਪ ਸਾਰਾ ਕੁਛ ਸਾਹਮਣੇ ਆ ਜਾਂਦਾ, ਜਿੰਨਾ ਪਾਣੀ ਵੀ ਦੁੱਧ ਦੇ ਵਿੱਚ ਉਹ ਵੀ ਦੱਸ ਦਿੰਦੀ ਹੈ, ਬੜੀ ਵਧੀਆ ਚੀਜ਼ ਆ। ਨਾਲ ਨਾਲ ਫਿਰ ਆਪਾਂ ਰਜਿਸਟਰ 'ਤੇ ਲਿਖੀ ਜਾਂਦੇ ਹਾਂ, ਨਹੀਂ ਨਹੀਂ ਜਾਣ ਕੇ ਵੀ ਆਪਾਂ ਬਣਾਉਣੀ ਆ ਵੀਡੀਓ ਦੇ। ਚੱਲ ਪਾ ਕੈਨ 'ਚ ਦੁੱਧ, ਆਪਾਂ ਇੱਕ ਨਿਗਾਹ ਜਿਹਾ ਕੰਮ ਕਰਨਾ ਸਟਾਰਟ ਕੀਤਾ, ਉਹਦੇ ਨੂੰ ਦੱਸਦੇ ਮੁੜ ਕੇ ਆਪਾਂ।
ਕੋਸ਼ਿਸ਼ ਕਰਕੇ ਵੇਖੀਏ ਮਹਾਂ ਲੈਨੇ ਲੋਕ ਕਰਦੇ ਆ ਪੜ੍ਹਦੇ ਆ ਯੂਟਿਊਬ 'ਤੇ ਚੈਨਲ ਜਿਹਾ ਬਣਾਉਂਦੇ ਆ ਪੁਰਾਣੀਆਂ ਐਡਿਟ ਜਿਹੀਆਂ ਕਰਕੇ ਪਈਆਂ ਆਪਾਂ ਕਿਹਾ ਤਾਇਆ ਦੁੱਧ ਲੈਣ ਆਇਆ ਡੇਅਰੀ ਤੋਂ ਸਾਡਾ ਤਾਇਆ ਨਹੀਂ ਨਹੀਂ ਤੁਹਾਨੂੰ ਲੋਕੀ ਵੇਖਿਆ ਕਰਨਗੇ ਠੀਕ ਬੰਦੇ ਦੁੱਧ ਪਹੁੰਚ ਜਾਂਦੇ ਇਹ ਆਪਾਂ ਪਾਉਣੀ ਸਿੱਧੀ ਮੋਗੇ ਪਾ ਦੇਣੀ ਇੰਨਾ ਨੀ ਹਜੇ ਮੈਨੂੰ ਪਤਾ ਲੱਗਾ ਲਓ ਭਰਾਓ ਨਾਲ ਆਪਣਾ ਫੀਡ ਦਾ ਵੀ ਕੰਮ ਆ ਦੁੱਧ ਦੇ ਨਾਲ ਨਾਲ ਗਾਂਕਾਂ ਨੂੰ ਫੀਡ ਵੀ ਚਾਹੀਦਾ ਸਾਰਾ ਕੰਮ ਇਸ ਤਰ੍ਹਾਂ ਹੀ ਆਪਾਂ ਲਓ ਵੀ ਮੇਰਾ ਬ੍ਰਦਰ ਦੁੱਧ ਲੈ ਕੇ ਆਉਣ ਡਿਆ ਮੇਰੇ ਵਾਸਤੇ ਹੈ ਕਿਉਂਕਿ ਚਾਹ ਮੈਂ ਬੜੀ ਘੱਟ ਪੀਂਦੇ ਆਪਾਂ ਚਾਹ ਦਾ ਨਹੀਂ ਜ਼ਿਆਦਾ ਲਾਲਚ ਕਰੀਦਾ ਚਾਹ ਉਸ ਤਰ੍ਹਾਂ ਵੀ ਕਹਿੰਦੇ ਚੰਗੀ ਨਹੀਂ ਹੁੰਦੀ ਸਰੀਰ ਵਾਸਤੇ ਇਸ ਕਰਕੇ ਹੁਣ ਚਾਹ ਵੀ ਛੱਡ ਹੀ ਦਿੱਤੀ ਆਪਾਂ ਦੁੱਧ ਹੀ ਪੀਈਦਾ ਜ਼ਿਆਦਾ ਲਓ ਵੀ ਆ ਜਾਓ ਕਿਸੇ ਵੀਰ ਭਰਾ ਨੇ ਦੁੱਧ ਪੀਣਾ ਦਾ ਦੁੱਧ ਬਾਬੇ ਦੀ ਕੇਅਰ ਨਾਲ ਵਾਧੂ ਆਪਣੇ ਮਾਲਕ ਨੇ ਬੜੀ ਕਿਰਪਾ ਕੀਤੀ ਆ ਜਿਹੜਾ ਦੁੱਧ ਦਾ ਕਾਰੋਬਾਰ ਆਪਾਂ ਚਲਾਇਆ ਘਰ ਬੈਠੇ ਨਾਲ ਕੰਮ ਕਰੀ ਜਾਂਦੇ ਹਾਂ ਅਤੇ ਨਾਲ ਬਿਜ਼ਨਸ ਵੀ ਕਰੀ ਜਾਂਦੇ ਹਾਂ ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਫਿਰ ਕਿਹੜਾ ਇਸ ਤਰ੍ਹਾਂ ਸਰਦਾ ਕੰਮ ਤਾਂ ਬਿਨਾਂ ਵੀ ਕਰਨਾ ਹੀ ਪੈਂਦਾ ਆਪਾਂ ਨੂੰ ਬਾਕੀ ਇੱਦਾਂ ਹੀ ਆ ਤੁਹਾਡੇ ਵੀਰਾਂ ਭਰਾਵਾਂ ਦੇ ਆਸਰੇ ਨਾਲ ਹੀ ਕੰਮ ਚੱਲਣੇ ਸਾਰੇ ਆ ਜੀ ਸਾਡੇ ਵੱਡੇ ਦੁੱਧੀ ਆ ਗਏ ਨੇ ਮਾਲਕ ਦੀ ਕਿਰਪਾ ਨਾਲ ਬੜਾ ਦੁੱਧ ਹੁੰਦਾ ਇਹਨਾਂ ਦਾ ਵਧੀਆ ਬੜੇ ਪੁਰਾਣੇ ਸਮੇਂ ਤੋਂ ਦੁੱਧ ਦਾ ਕੰਮ ਕਰਦੇ ਆ ਸਾਨੂੰ ਤਾਂ ਘੱਟੋ ਘੱਟ 20 ਸਾਲ ਹੋਏ ਆ ਇਸ ਕੰਮ 'ਚ ਪਏ ਨੂੰ ਇਹ ਤਾਂ ਜਿਉਂ ਜੰਮੇ ਆ ਇਹਨਾਂ ਦੇ ਬਜ਼ੁਰਗ ਵੀ ਗਾਂ ਦੁੱਧ ਦਾ ਹੀ ਕੰਮ ਕਰਦੇ ਆਉਂਦੇ ਆ ਬੜੀ ਮਾਲਕ ਦੀ ਕਿਰਪਾ ਵਧੀਆ ਕਾਰੋਬਾਰ ਚਲਾਇਆ ਹੋਇਆ ਸਾਡੇ ਚਾਚਾ ਜੀ ਹੈ ਰੱਬ ਇਹਨਾਂ ਦੀਆਂ ਲੰਮੀਆਂ ਲੰਮੀਆਂ ਉਮਰਾਂ ਕਰੇ ਖੁਸ਼ ਰਹਿਣ ਹਮੇਸ਼ਾ ਹੈਂ ਅੱਛਾ ਲਓ ਜੀ ਦੁੱਧ ਆ ਗਿਆ ਹੁਣ ਦੁੱਧ ਪਾ ਲਈਏ ਫਿਰ ਰੋਕ ਕੇ ਥੋੜ੍ਹਾ ਜਿਹਾ ਕਰਦੇ ਹਾਂ ਆਪਾਂ ਇਹ ਸਾਡੇ ਮਾਸੜ ਜੀ ਦੁੱਧ ਪਾਉਣ ਆਉਂਦੇ ਆ ਇਹ ਵੀ ਬੜੇ ਪੁਰਾਣੇ ਦੁੱਧ ਹੀ ਆ ਬੜਾ ਪੁਰਾਣਾ ਦੁੱਧ ਦਾ ਕੰਮ ਜਾਣਦੇ ਆ ਦੁੱਧ ਦਾ ਕੰਮ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਬੜਾ ਔਖਾ ਕੰਮ ਆ ਇਹਨਾਂ ਨੂੰ ਪਤਾ ਕਿਤੇ ਜਾਇਆ ਨਹੀਂ ਜਾਂਦਾ ਜਿਹੜਾ ਦੁੱਧ ਦਾ ਕੰਮ ਕਰਦਾ ਵੇ ਅਤੇ ਦੁੱਧ ਇਹਨਾਂ ਨਾਲ ਦਾ ਪਿਓਰ ਕੁਆਲਿਟੀ ਕੋਈ ਦੇ ਨਹੀਂ ਸਕਦਾ ਅਤੇ ਬੜੇ ਨਾਲ ਲੀਡਰ ਵੀ ਹੈ ਬਹੁਤ ਵੱਡੇ ਆਹ ਆਪਾਂ ਨੂੰ ਨੈਸਲੇ ਵੱਲੋਂ ਮਿਲਿਆ ਹੋਇਆ ਮੋਬਾਈਲ ਇਹਦੇ 'ਚ ਫਾਰਮਰ ਆਈ ਡੀ ਮਿਲਕ ਟਾਈਪ ਵੇਟ ਆਪਾਂ ਦੁੱਧ ਜਿੰਨਾ ਹੁੰਦਾ ਫੈਟ ਗ੍ਰੈਵਿਟੀ ਭਰ ਕੇ ਔਨਲਾਈਨ ਸਾਰਾ ਸਿਸਟਮ ਚੱਲਦਾ ਵਾ ਜੀ ਔਨਲਾਈਨ ਹੀ ਕੰਮ ਕਰਨਾ ਪੈਂਦਾ ਵਾ ਨਾਲੋ ਨਾਲ ਕੋਈ ਕਿਸੇ ਨਾਲ ਹੇਰਾ ਫੇਰੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਵਧੀਆ ਤਰੀਕੇ ਨਾਲ ਹੀ ਸਾਰਾ ਕੰਮ ਹੁੰਦਾ ਵਾ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਜਿੱਦਾਂ ਪਹਿਲਾਂ ਦੁੱਧ ਹੀ ਕਰਦੇ ਹੁੰਦੇ ਸੀ ਲੋਕਾਂ ਨਾਲ ਦੁੱਧ ਪਾਉਣ ਆਈ ਜਾਣ ਡਿਆ ਕਸਟਮਰ ਤਾਂ ਕਾਫੀ ਆਉਂਦੇ ਆ ਪਰ ਇਹ ਆ ਵੀ ਵਿੱਚ ਆਪਣਾ ਦੁੱਧ ਦਾ ਕੰਮ ਨਾਲ ਕਰਨਾ ਪੈਂਦਾ ਉਹਦਾ ਕਰਕੇ ਵੀਡੀਓ ਨਹੀਂ ਬਣਦੀ ਕਈ ਵਾਰੀ ਵਿੱਚੋਂ ਇਹ ਸਾਡੇ ਗਿੰਦਰ ਸਿੰਘ ਗੋਲਡੀ ਸਿੰਘ ਦੁੱਧੀ ਬੜੇ ਪੁਰਾਣੇ ਦੁੱਧੀ ਆ ਵੀ ਦੁੱਧ ਦਾ ਕੰਮ ਬੜਾ ਪੁਰਾਣਾ ਕਰਦੇ ਆ ਗਿਆ ਦੁੱਧੀ ਇਹ ਸਾਡਾ ਵੱਡਾ ਦੁੱਧੀ ਪ੍ਰਤਾਪ ਸਿੰਘ ਬੜੀ ਕਿਰਪਾ ਬਾਬੇ ਦੀ ਉੱਤੇ ਵੀ ਜੇ ਕੰਮ ਬੜਾ ਪੁਰਾਣਾ ਇਹ ਵੀ ਕਰਦਾ ਜੇ ਸਾਰੇ ਪੁਰਾਣੇ ਦੁੱਧੀ ਆਪਾਂ ਇਕੱਠੇ ਕੀਤੇ ਆ ਇਹ ਨਾ ਹੋਵੇ ਤਾਂ ਬਸ ਸਾਡਾ ਤਾਂ ਕੋਈ ਹਾਲ ਨਹੀਂ ਆ ਇਹਦੇ ਨਾਲ ਹੀ ਆ ਸਾਰਾ ਕੰਮ ਸਾਡਾ ਇਹਨੂੰ ਉਡੀਕਦੇ ਰਹਿੰਦੇ ਜੋ ਸਵੇਰ ਤੋਂ 5 ਵਜੇ ਤੋਂ ਉੱਠਦੇ ਆ ਇਹ ਸਾਡਾ ਵੀਰ ਅੱਤ ਕਰਾ ਕੇ ਰੱਖਦਾ ਪੂਰੀ ਦੁੱਧ ਵਾਲੀ ਮਲਾਈ ਮਲੂਈ ਸਾਰੀ ਇਹਦੇ ਦੁੱਧ 'ਚ ਆਉਂਦੀ ਆ ਬਾਕੀ ਤਾਂ ਬਾਬੇ ਦੀ ਮਿਹਰ ਹੀ ਆ ਬੜੀ ਕਿਰਪਾ ਹਾਂਜੀ ਹੁਣ ਵੀ ਸਫਾਈਆਂ ਕਰਨ ਲੱਗੇ ਆਪਾਂ ਕੰਮ ਜਿਹੜਾ ਹੁਣ ਆਪਾਂ ਕੰਮ ਸਾਰੇ ਕਰਕੇ ਵਿਹਲੇ ਇਸ ਤੋਂ ਬਾਅਦ ਆਪਾਂ ਫਿਰ ਘਰ ਦੇ ਕੰਮ ਪੱਠਿਆਂ ਪੁੱਠਿਆਂ ਦਾ ਕੰਮ ਕਾਜ ਕਰਾਂਗੇ ਜੀ ਠੀਕ ਹੈ ਬਾਕੀ
काम सारा हूँ मेरा पोता आ रहा नाल डेयरी का काम अं इकट्ठा करता सारा उठे। चैनल नूं सबसक्राइब करो जी। तुहाडा बहुत बहुत धन्यवाद वीडियो वेखण वास्ते। होर भी इंट्रस्टिंग वीडियो लैके आवांगे आपां। बहुत बहुत धन्यवाद जी। वल्लों सारिआं नूं प्यार भरी सति श्री अकाल। उम्मीद आ करां सब वीर भरा ठीक ठाक होणगे। तो डेली रूटीन जिदा अगे चलती है लाइफ उस तरह ही चलन रही है। लॉकडाउन के तुहानूं पता घरां दे विच रहण वास्ते कहा सरकार ने, तो रहना भी चाहिए वा। अपना अपने परिवार का ख्याल रखो। तो अज अं लाने जा रहे हैं रगड़ा, जिहड़ा कि बदाम, खसखास, मगज, निकी इलाची इन्हां चीज़ों को तैयार किया जाता वा। तो ये बहुत ताकत वाली चीज़ होंदी है, तो ठंडा होंदा वा, गर्मियों के पीना चाहिए जिन्ना हो सकता। तो बहुत वधिया चीज़ है। तो कम स्टार्ट करते हैं रगड़े का। रगड़ा इन कहते रगड़ा, खसखास, बादाम, कालिया मिर्चा, मगज, इन चीजा ला के रीझ ना रगड़ के बड़ी ताकत वाली चीज बनती है। बहुत ज्यादा ताकत वाली चीज है। बोलो वाहिगुरु है, महाराज सच्चे पातशाह कृपा कर। कैंडा काम ना मेहनत की वेलो बने सवाल जी है। चलो फिर ठीक है, मुर्गे पठिया करिए। दोस्तों बड़ी मालक की कृपा ही, अज अपनी एक गां सू भी उन्हें वछी दिती है, बहुत ही वधिया एच एफ नसल की। एक गां आपां मुल लई सी किसे तो, ते वधिया हो गया कि इन्हें वछी दिती है। एक होर वछी अपनी तैयार हो जूगी, बहुत मालक ने कृपा की अज जी। गां नूं सुटदे राशन दा बाल्टा भर लिया वा। जी आप फीड इन पाई है गां, ये गुड़ तो कणक भी मिक्स किया गया वा। इस करके मिक्स किया कि थोड़ी हूँ नचेर जूर सुटनी है, तो ताकत चाहिए होंगी है डंगर छेती जेर सुटन मददगार होगा राशन। तो पूरी गां की सेवा करा ताकि हम बच्छी ने भी दुध चुंगना है। पलियाँ करिए कट्ठिया, अच्छ बढ़ते हैं पट्ठे। पट्ठे का टाइम आप करता थोड़ा जहा लेट हो, शामा का टाइम करता, सवेरे सूत्र नहीं आता काम, सवेरे डेयरी डूरी का काम करना पैंता, इस करके आप शामा का टाइम पट्ठे वड्या करते हैं। लो भी बब्बू वड्डन लग पिया पट्ठे, सजे सजे हौली हौली काम करता स्टार्ट। आप पहुंचिए बब्बू को, खिंचते जवाना आ गए अभी भी हरे हरे पट्ठे दे बाले सोहने लगते। कणक भी पक गई, कणक का रंग लाल खट्टा होता जाता है। पट्ठे आती हरियाली तो तुम वेख नहीं रहे। कैमें बबू खिंच दिए कम? चल फिर अजे धुप ज्यादा नहीं कि चलू कम, लिया देरिया रोपड़ आले पासे दूजी तरह वढ़ते पट्ठे, आप दूजी तरह वढ़ते।
ਆਪਾਂ ਢੇਰੀ ਢੇਰੀ ਕਰਕੇ ਪੱਠੇ ਵੜਦੇ ਹਾਂ, ਉਹ ਇੱਕੇ ਦਮ ਹੀ ਫੇਰੀ ਜਾਂਦੇ ਕਿ ਆਪਾਂ ਕਿੱਡਾ ਲੰਮਾ ਲੰਮਾ ਡਾ ਦੇ ਫਿਰ। ਛੋਟੇ ਮੋਟੇ ਕੰਮ ਕਾਰ ਜਿਹੜੇ ਅਸੀਂ ਸਾਰਾ ਦਿਨ ਅੱਜ ਕਰਦੇ ਰਹੇ। ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਸਤਿ ਸ਼੍ਰੀ ਅਕਾਲ ਜੀ।